ਪਾਰਸ ਹੋਈ ਬੱਲੇ ਬੱਲੇ ਕੌਡੀ ਦੇ ਮੈਦਾਨ ਵਿੱਚ ਪੈ ਗਈਆਂ ਪੁਕਾਰਾਂ ਨਾਲੇ ਮੱਚ ਗਈ ਦੁਹਾਈ ਹੈ ਅਣਖੀਲਾ ਕੇਲੇ ਰਾਓ ਅਬੂ ਦਰ ਅਖਲਾਕ ਹੋਣਾ ਵੱਲੋਂ ਜਿਹੜਾ ਵੱਡੇ ਇਨਾਮ ਹੋਣੇ ਹੈ। ਮੈਂ ਤੁਹਾਡਾ ਭਰਾ ਬਿਲਾਲ ਅਸਲਮ ਗਿੱਲ, ਮੈਂ ਆਪਣੇ ਭਰਾਵਾਂ ਨੂੰ ਇੱਕ ਗੱਲ ਦੱਸਣਾ ਚਾਹੁੰਦਾ ਜੀ ਕਿ ਜਿਹੜਾ ਕੱਲ੍ਹ ਗੱਗੋ ਮੰਡੀ ਮੈਚ 'ਚ ਜੋ ਕੁਛ ਹੋਇਆ ਉਹ ਠੀਕ ਨਹੀਂ ਹੋਇਆ, ਬਹੁਤ ਗਲਤ ਹੋਇਆ। ਲੇਕਿਨ ਸਾਰੇ ਮੈਨੂੰ ਬੁਰਾ ਕਹਿੰਦੇ ਆ, ਠੀਕ ਹੈ ਮੈਂ ਮੰਨਦਾ ਗੱਲ, ਚਲੋ ਮੇਰੇ ਕੋਲ ਗਲਤੀ ਹੋਈ, ਮੈਂ ਬੁਰਾ ਹੀ ਸਹੀ। ਲੇਕਿਨ ਮੇਰੀ ਇੱਕ ਛੋਟੀ ਜਿਹੀ ਗੱਲ ਸੁਣ ਲਓ, ਇਹ ਰੈਫਰੀ ਕੋ ਮੇਰੇ ਕੋਲ ਗਲਤ ਹੋਇਆ, ਮੈਂ ਕੋ ਉੱਥੇ ਗਰਾਊਂਡ ਦੇ ਵਿੱਚ ਜਾ ਕੇ ਮਾਫ਼ੀ ਮੰਗੀ ਦੋ ਵਾਰੀ, ਉਹਨੇ ਮੈਨੂੰ ਮੂੰਹ ਵੀ ਕਿਹਾ ਠੀਕ ਆ ਭਾਈ ਫਜ਼ਲੇ ਹੱਕ ਨੇ, ਪਰ ਗਲਤੀ ਮੇਰੇ ਕੋ ਗਈ। ਮੈਂ ਐਂ ਨਹੀਂ ਭਾਈ ਫਜ਼ਲੇ ਹੱਕ ਨਾਲ ਅੱਗੇ ਵੀ ਬੰਦੇ ਲੜੇ ਸੀ, ਹੱਥਿਓ ਭਾਈ ਪਏ ਸੀ, ਲੇਕਿਨ ਚਲੋ ਮੇਰੀ ਗੱਲ ਇਹ ਆ ਕਿ ਮੈਂ ਲੋਕਾਂ ਨੂੰ ਬੁਰਾ ਲੱਗਦਾ ਹਾਂ, ਬੁਰਾ ਲੱਗਦਾ ਕਿ ਮੈਂ ਕਦੀ ਕਿਸੇ ਦਾ ਨੁਕਸਾਨ ਨਹੀਂ ਕੀਤਾ ਜਾਂ ਕਿਸੇ ਦੇ ਨਾਲ ਮੈਂ ਮੁਨਾਫਕਤ ਰੱਖ ਕੇ ਨਹੀਂ ਤੁਰਿਆ ਹੋਰਾਂ ਪਲੇਅਰਾਂ ਵਾਂਗੂੰ, ਹੋਰਾਂ ਲੋਕਾਂ ਵਾਂਗੂੰ, ਅਤੇ ਮੈਂ ਤਾਂ ਕਰਕੇ ਥੋੜ੍ਹਾ ਬੁਰਾ ਲੱਗਦਾ ਹਾਂ। ਲੇਕਿਨ ਮੈਂ ਉੱਥੇ ਜਾ ਕੇ ਮਾਫ਼ੀ ਵੀ ਮੰਗ ਲਈ, ਮੈਂ ਸਾਰਾ ਕੁਛ ਗਰਾਊਂਡ ਦੇ ਅੰਦਰ ਹੀ ਕੀਤਾ, ਉਹ ਭਾਈ ਫਜ਼ਲਿਆ ਐਗਰੀ ਵੀ ਹੋ ਗਿਆ ਨੇ ਕਿ ਠੀਕ ਹੈ। ਲੇਕਿਨ ਮੇਰੇ ਉਸਤਾਦ ਗੁਲਾਮ ਬਾਸ ਭੱਟ, ਉਹ ਅੱਲਾਹ ਤਾਲਾ ਨੇ ਉਹਦੀ ਫਿਤਰਤ 'ਚ ਲਿਖਿਆ ਆ ਕਿ ਤੂੰ ਕੋਈ ਚੰਗਾ ਕੰਮ ਨਹੀਂ ਕਰਨਾ, ਉਹਨੇ ਜਾ ਕੇ ਕਮੇਟੀ ਨੂੰ ਇਹ ਗੱਲ ਕਹੀ ਕਿ ਇਹਨੂੰ ਬਾਹਰ ਕੱਢ, ਮੈਂ ਤੈਨੂੰ ਪਹਿਲਾਂ ਵੀ ਕਿਹਾ ਸੀ ਇਹਦੇ ਕਲੱਬ ਨਾ ਵਾੜ, ਕਿਉਂਕਿ ਇਹਨਾਂ ਸਾਡਾ ਕਲੱਬ ਰੱਖ ਕੇ ਅਤੇ ਫਿਰ ਕੱਢਤਾ ਸੀ ਫਿਰ ਰੱਖਿਆ। ਉਹਨੇ ਕਿਹਾ ਮੈਂ ਤੈਨੂੰ ਪਹਿਲਾਂ ਵੀ ਕਿਹਾ ਸੀ ਇਹ ਕਲੱਬ ਨਾ ਵਾੜ, ਇਹ ਕਲੱਬ ਕੱਢ ਦੇ, ਅਤੇ ਤੂੰ ਹੁਣ ਚੰਗਾ ਰਹਿ ਗਿਆ, ਹੁਣ ਇਹ ਕਲੱਬ ਬਾਹਰ ਕੱਢੇਗਾ, ਇਹਨੂੰ ਬਾਹਰ ਕੱਢੇਗਾ ਅਤੇ ਮੈਂ ਕੁੱਡੀ ਖੇਡਣੀ ਆ। ਇਹ ਗੱਲ ਉਹਨਾਂ ਨੇ ਕਹੀ ਆ ਜਦੋਂ ਪਹਿਲਾਂ ਸਾਡਾ ਕੋਈ ਪਲੇਅਰ ਲੜਿਆ ਸੀ, ਉਦੋਂ ਨਹੀਂ ਬਾਸ ਭੱਟ ਨੇ ਇਹ ਗੱਲ ਕਹੀ, ਇਹ ਮੇਰੇ ਵਰੀ ਹੀ ਕਹੀ, ਕਿਉਂਕਿ ਮੈਂ ਉਹਨੂੰ ਚੰਗਾ ਨਹੀਂ ਲੱਗਦਾ। ਉਹਨਾਂ ਕਿਹਾ ਜੀ ਪੁਆਇੰਟ ਠੀਕ ਆ, ਮੈਨੂੰ ਬਾਹਰ ਕੱਢ ਦਿੰਦੇ, ਮੈਨੂੰ ਕੋਈ ਇਤਰਾਜ਼ ਨਹੀਂ ਸੀ, ਲੇਕਿਨ ਪੁਆਇੰਟ ਦੇਣ ਦਾ ਮਕਸਦ ਕੋਈ ਨਹੀਂ ਸੀ, ਇਹ ਗੱਲ ਗਲਤ ਸੀ, ਮੈਨੂੰ ਪੂਰਾ ਮੈਚ ਬਾਹਰ ਕੱਢ ਦਿੰਦੇ ਕਿਉਂਕਿ ਗਲਤੀ ਮੈਂ ਕੀਤੀ ਸੀ। ਪੁਆਇੰਟ ਦੇਣ ਦੇ ਫੈਸਲੇ, ਲਾਈਫ ਟਾਈਮ ਬੈਨ ਕਰਨ ਦੇ ਫੈਸਲੇ, ਪਹਿਲੀ ਗੱਲ ਤਾਂ ਉਹ ਲਾਈਫ ਟਾਈਮ ਬੈਨ ਕਰਨ ਦਾ ਇੱਦਾਂ ਆਖਣ ਦੇ ਜਿੱਦਾਂ ਉਹ ਫੈਡਰੇਸ਼ਨ ਦਾ ਸਦਰ ਸੀ ਕਿ ਪਿੰਡ ਦਾ ਤਾਂ ਤੂੰ ਮੇਲਾ ਹੈ ਕਿ ਕਰਾਉਣ ਆ, ਤਰਲਿਆਂ ਨਾਲ ਤੂੰ ਬੰਦੇ ਸੱਦਣੇ ਮੇਰਾ ਭਰਾ, ਅਤੇ ਮੈਂ ਤੇਰੇ ਕੋਲ ਇੱਕ ਪੈਸੇ ਦੀ ਡਿਮਾਂਡ ਵੀ ਨਹੀਂ ਕੀਤੀ ਤੇਰੇ ਕੱਪ ਦੇ ਵਿੱਚ ਕਿ ਮੈਨੂੰ ਇੱਕ ਰੁਪਈਆ ਵੀ ਦੇਈ, ਉਲਟਾ ਮੈਂ ਤੇਰੇ ਕੋਲ ਇੱਕ ਰੁਪਈਆ ਲੈ ਕੇ ਵੀ ਨਹੀਂ ਆਇਆ ਉੱਥੋਂ। ਦੂਸਰੀ ਗੱਲ ਦਾ ਮਕਸਦ ਇਹ ਸੀ, ਇਹ ਕੰਮ ਮੈਂ ਗਲਤ ਕੀਤਾ, ਮੈਂ ਮਾਫ਼ੀ ਮੰਗਦਾ, ਮੈਂ ਉਹਦੇ ਕੋਲ ਭਰੇ ਬਾਜ਼ਾਰ 'ਚ ਵੀ ਮਾਫ਼ੀ ਮੰਗਾਂਗਾ, ਮੇਰੇ ਕੋਲ ਗਲਤ ਹੋਇਆ। ਲੇਕਿਨ ਜਿੰਨੇ ਥੱਬਾ ਥੱਬਾ ਬਾਮ ਲਾ ਕੇ ਇੰਨਾ ਪਾਣੀ ਸੁੱਟ ਕੇ ਜਦੋਂ ਇਹ ਕੰਮ ਕਰਦੇ ਆ, ਅਤੇ ਫਿਰ ਆਉਂਦੇ ਜਾਫੀ ਫਾਰਗ ਹੋ ਗਿਆ, ਅਸੀਂ ਡੰਡ ਉਦੋਂ ਤਾਂ ਬੜੇ ਸਾਰੇ ਰਾਜ਼ੀ ਹੁੰਦੇ ਸੀ ਜਦੋਂ ਅੰਬੇ ਦੇ ਵੱਜਦੇ ਸੀ, ਇੰਡੀਆ ਵਾਲਿਆਂ ਹੋਰਾਂ ਦੇ ਵੱਜਦੇ ਸੀ, ਇਹ ਪਰਫੈਕਟ ਹੋਣ ਡਿਆ, ਅਤੇ ਯਾਰ ਇਹ ਵੀ ਕਬੱਡੀ ਉਹ ਹੀ ਆ, ਕਿਹੜੇ ਰੂਲ ਬਦਲਦੇ ਆ। ਹੋਰ ਪਲੇਅਰ ਮੈਂ 3200 ਉਂਗੜਾ ਦੇਣਾ ਜਿਨ੍ਹਾਂ ਨੇ ਰੈਫਰੀਆਂ ਦੇ ਹੱਥੀ ਵੀ ਪਏ ਆ, ਚਪੇੜਾਂ ਵੀ ਮਾਰੀਆਂ ਆ, ਪਲੇਅਰ ਵੀ ਆਪਸ 'ਚ ਲੜੇ ਆ, ਉਦੋਂ ਨਹੀਂ ਕਿਸੇ ਨੇ ਕਿਹਾ ਇਹਨੂੰ ਬੈਨ ਕਰੋ, ਮੈਨੂੰ ਕਰੋ ਬੈਨ। ਲੇਕਿਨ ਇੱਕ ਮੈਂ ਛੋਟੀ ਜਿਹੀ ਅਰਜ਼ ਕਰਦਾ, ਉਹ ਕੰਮ ਵੀ ਮੇਰੇ ਨਾਲ ਰਲ ਕੇ ਕਰ ਦਿਉ, ਮੈਂ ਕਬੱਡੀ ਛੱਡਾਂਗਾ ਜੀ, ਮੈਂ ਪਾਕਿਸਤਾਨ ਕਬੱਡੀ ਨਹੀਂ ਖੇਡਾਂਗਾ, ਇਹ ਤੁਹਾਡਾ ਮੇਰਾ ਵਾਅਦਾ ਜੀ। ਪਰ ਉਹਦੀ ਸ਼ਰਤ ਇੱਕ ਹੀ ਆ, ਗੁਲਾਮ ਬਾਸ ਭੱਟ ਜਿਹਦਾ ਇਸ ਬੰਦੇ ਦਾ ਕਲੱਬ ਚਲਾਉਂਦਾ ਆ, ਉਹ ਸਾਡੇ ਨਬੀ ਦਾ, ਸਾਡੇ ਰਸੂਲ ਦਾ ਗੁਸਤਾਖ ਬੰਦਾ ਆ, ਮਿੱਠੂ ਜੱਟ, ਉਹ ਮਰਜ਼ਈ ਆਦਮੀ ਆ, ਉਹਦਾ ਇਹ ਕਲੱਬ ਚਲਾਉਣ ਡਿਆ, ਉਹਦੇ ਕੋਲ ਪੈਸਾ ਲੈ ਕੇ ਪਲੇਅਰਾਂ ਨੂੰ ਖਵਾਉਣ ਡਿਆ, ਮੇਰੇ ਨਾਲ ਬਾਸ ਭੱਟ ਨੂੰ ਵੀ ਅਤੇ ਉਹਦੇ ਟੋਟਲ ਕਲੱਬ ਨੂੰ ਵੀ ਬੈਨ ਕੀਤਾ ਜਾਵੇ। ਮੈਂ ਤੁਹਾਡੇ ਨਾਲ ਆ, ਮੈਨੂੰ ਜਿੱਥੇ ਕਹੋਗੇ ਮੈਂ ਖਲੋਨਾ, ਅਤੇ ਮੈਂ ਕਬੱਡੀ ਪਾਕਿਸਤਾਨ ਦੀ ਛੱਡਾਂਗਾ, ਤੁਹਾਡਾ ਮੇਰਾ ਵਾਅਦਾ, ਅਤੇ ਖੁਦਾ ਦਾ ਮੰਨਿਆ। ਬਾਸ ਭੱਟ ਵੀ ਛੱਡੇ, ਹੀਰਾ ਜਿੰਨੇ ਉਹਦੇ ਨਾਲ ਪਲੇਅਰ ਆ ਸਾਰਿਆਂ ਨੂੰ ਬੈਨ ਕਰੋ, ਉਹਦੇ ਕਲੱਬ ਨੂੰ ਬੈਨ ਕਰੋ, ਮੈਂ ਛੱਡਾਂਗਾ। ਅੱਜ ਹੁਣ ਮੈਂ ਤੁਹਾਨੂੰ ਵੇਖਣਾ ਤੁਹਾਡੀ ਇਨਸਾਨੀਅਤ, ਤੁਹਾਡੀ ਮੁਸਲਮਾਨੀ ਕਿੱਥੇ ਜਾ ਕੇ ਖਲੋਂਦੀ ਆ। ਤੁਸੀਂ ਮਰਜ਼ਈ ਨਾ ਖਲੋਂਦੇ ਜੇ ਕਿ ਸਿਰਫ ਲੋਕਾਂ ਦੇ ਕਹਿਣ 'ਚ ਬੁਲਾ ਲਈ ਦੀਆਂ ਪੋਸਟਾਂ ਪਾਉਂਦੇ ਜੇ। ਮੈਂ ਕਲੱਬ ਛੱਡਾਂਗਾ ਜੀ, ਮੈਂ ਕਬੱਡੀ ਵੀ ਛੱਡਾਂਗਾ, ਪਰ ਮਿੱਠੂ ਨੂੰ ਛੱਡੋ, ਜਿਹੜਾ ਨਬੀ ਦਾ ਗੁਸਤਾਖ ਆ, ਜਿਹੜਾ ਬਾਸ ਭੱਟ ਉਹਦੇ ਨਾਲ ਰਲ ਕੇ ਮਿੱਠੂ ਨੂੰ ਜਾਂਦਾ, ਇਹ ਫੈਸਲਾ ਕਰੇ ਮਰਜ਼ਈ ਨਹੀਂਗਾ। ਅੱਜ ਤੱਕ ਪਹਿਲਾਂ ਮੈਂ ਉਸ ਬੰਦੇ ਨੂੰ ਮਿਲਿਆ, ਲੇਕਿਨ ਉਸ ਤੋਂ ਬਾਅਦ ਮੈਨੂੰ ਮਿਲਣੋਂ ਹਟ ਗਿਆ, ਜਦੋਂ ਮੈਨੂੰ ਪਤਾ ਲੱਗਾ ਮਰਜ਼ਈ ਹੈ। ਮੈਂ ਕੈਨੇਡਾ ਦੇ ਸਾਹਮਣੇ ਜਾ ਕੇ ਉਹਦੇ ਨਾਲ ਸਲਾਮ ਨਹੀਂ ਲਈ, ਮੈਂ ਸਿੱਧਾ ਗਿਆ ਬੰਦਿਆਂ ਨੂੰ,
ਕਿ ਮਰ ਜਾਵਾਂਗਾ ਮਰਜ਼ਈ ਨਾਲ ਕਲਾਮ ਨਹੀਂ ਲੈਣੀ। ਗੁਨਾਹਗਾਰ ਹੈ ਆ, ਬਥੇਰੇ ਗੁਨਾਹ ਕਰਦੇ ਹਾਂ, ਲੇਕਿਨ ਉਹ ਗੁਨਾਹ ਨਹੀਂ ਕਰਦੇ ਜਿਹਦੇ ਇਸਲਾਮ ਦੇ ਦਾਇਰੇ ਤੋਂ ਬੰਦਾ ਬਾਹਰ ਹੋ ਜਾਵੇ। ਹੁਣ ਮੈਂ ਤੁਹਾਡੇ ਹੁੰਦੇ ਇਨਸਾਫ਼ ਸੁੱਟਿਆ, ਮੈਂ ਵੱਡੀ ਛੱਡਾਂਗਾ, ਤੁਹਾਡਾ ਮੇਰਾ ਵਾਅਦਾ, ਪਰ ਬਾਸ ਵੱਟ ਤੋਂ ਉਹਦੀ ਪੂਰੀ ਟੀਮ ਨੂੰ ਵੀ ਬੈਨ ਕੀਤਾ ਜਾਵੇ। ਇੱਥੇ ਤੁਹਾਡੀ ਅਮਾਨ ਅਤੇ ਤੁਹਾਡਾ ਕੁਰਾਨ ਅਤੇ ਤੁਹਾਡੀ ਮੁਸਲਮਾਨੀ ਇੱਥੇ ਜਾ ਜਿਹੜੀ ਹੈ, ਮੈਂ ਵੇਖਾਂਗਾ ਕਿੰਨਾ ਕੁ ਤੁਸੀਂ ਹੁਣ ਸ਼ੇਅਰ ਕਰਦੇ ਅਤੇ ਕਿੰਨਾ ਕੁ ਮੇਰੇ ਨਾਲ ਖਲੋਂਦੇ ਜੀ।